ਲੋਕ ਸਭਾ ਚੋਣਾਂ ਨੂੰ ਲੈ ਕੇ ਸੰਗਰੂਰ ਹੌਟ ਸੀਟ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਸੀਨੀਅਰ ਲੀਡਰ ਇਕਬਾਲ ਸਿੰਘ ਝੁੰਦਾ ਨੂੰ ਮੈਦਾਨ ਦੇ ਵਿੱਚ ਉਤਾਰ ਦਿੱਤਾ ਗਿਆ ਨਾਮ ਐਲਾਨ ਕਰ ਦਿੱਤਾ ਗਿਆ ਹੈ ਗੱਲਬਤ ਕਰਦੇ ਆ ਝੁੰਦਾ ਸਾਹਿਬ ਕਿਸ ਤਰੀਕੇ ਨਾਲ ਦੇਖਦੇ ਹੋ ਸੰਗਰੂਰ ਲੋਕ ਸਭਾ ਸੀਟ ਦੇ ਵਿੱਚ ਹੁਣ ਮੁਕਾਬਲੇ ਦੇ ਵਿੱਚ ਤੁਸੀਂ ਹੋ ਕਿਸ ਤਰੀਕੇ ਨਾਲ ਦੇਖਦੇ ਹੋ ਸੋ ਸਭ ਤੋਂ ਪਹਿਲਾਂ ਤਾਂ ਤੁਹਾਡਾ ਔਰ ਤੁਹਾਡੇ ਚੈਨਲ ਦਾ ਧੰਨਵਾਦ ਕਰਦੇ ਆ ਸੋ ਅਸੀਂ ਸ਼੍ਰੋਮਣੀ ਅਕਾਲੀ ਦਲ ਨੇ ਪਾਰਟੀ ਪ੍ਰਧਾਨ ਸਦਾ ਸੁਖਵੀਰ ਸਿੰਘ ਬਾਦਲ ਸਾਹਿਬ ਨੇ ਸਮੁੱਚੀ ਜ਼ਿਲ੍ਹੇ ਦੀ ਲੀਡਰਸ਼ਿਪ ਨੇ ਆਗੂ ਵਰਕਰ ਸਹਿਬਾਨ ਨੇ ਜੋ ਭਰੋਸਾ ਪ੍ਰਗਟ ਕੀਤਾ ਉਹਦੇ ਤੇ ਪੂਰੇ ਉਤਰਾਂਗੇ ਪੂਰੀ ਨੇਕੀ ਇਮਾਨਦਾਰੀ ਨਾਲ ਇਹ ਸਲਕੇ ਦੀ ਵੀ ਔਰ ਪਾਰਟੀ ਦੀ ਨੁਮਾਇੰਦਗੀ ਹੈ ਜਿਹੜੀ ਉਹ ਕਰਾਂਗੇ ਪੂਰੀ ਤੰਦੇਹੀ ਨਾਲ ਚੋਣ ਲੜਾਂਗੇ ਔਰ ਜਿਸ ਤਰ੍ਹਾਂ ਦਾ ਹੰਗਾਰਾ ਲੋਕਾਂ ਵੱਲੋਂ ਮਿਲ ਰਿਹਾ ਸਾਨੂੰ ਪੂਰਾ ਆਸ ਹੈ ਕਿ ਇਹ ਸੀਟ ਹੈ ਜਿਹੜੀ ਸ਼ਰਮਣੀ ਕਾਲ ਦਲ ਜਿੱਤੇਗਾ ਚੁੰਦਾ ਸਾਹਿਬ ਲੰਬੇ ਸਮੇਂ ਤੋਂ ਕਾਫੀ ਸਾਲ ਹੋ ਗਏ ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਅਲੱਗ-ਅਲੱਗ ਸੀ ਪਰ ਇਹ ਲੋਕ ਸਭਾ ਚੋਣਾਂ ਤੋਂ ਪਹਿਲਾਂ ਪਾਰਟੀਆਂ ਇਕੱਠੇ ਹੋਈਆਂ ਕਿਹਾ ਗਿਆ ਕਿ ਘਰ ਵਾਪਸ ਹੀ ਹੋਈ ਆ ਤੇ ਸਾਫ਼ ਤੌਰ ਦੇ ਉੱਪਰ ਸਾਰਿਆਂ ਨੂੰ ਐਵੇਂ ਲੱਗ ਰਿਹਾ ਸੀ ਕਿ ਪਰਮਿੰਦਰ ਸਿੰਘ ਢੀਂنسਾ ਜਿਹੜੇ ਹੈਗੇ ਨੇ ਸੰਗਰੂਰ ਲੋਕ ਸਭਾ ਸੀਟ ਤੋਂ ਚੋਣਾਂ ਲੜਨਗੇ ਤਿਆਰੀਆਂ ਵੀ ਕੀਤੀਆਂ ਉਹਨਾਂ ਦੀ ਸਰਗਰਮੀਆਂ ਵੀ ਤੇਜ਼ ਹੋ ਗਈਆਂ ਪਰ ਹੁਣ ਟਾਈਮ ਤੇ ਆ ਕੇ ਝੁੰਦਾ ਸਾਹਿਬ ਜਿਹੜੇ ਹੈਗੇ ਨੇ ਉਹ ਮੈਦਾਨ ਦੇ ਵਿੱਚ ਆ ਗਏ ਨੇ ਕਿਸ ਤਰੀਕ ਨਾਲ ਦੇਖਦੇ ਹਾਂ ਕੀ ਕਾਰਨ ਆ ਪਹਿਲਾਂ ਹੀ ਕੋਈ ਗੱਲਬਾਤ ਸੀ ਜਾਂ ਕੋਈ ਹੋਰ ਕਾਰਨ ਸੀ ਨਹੀਂ ਗੱਲ ਇਹ ਇਹ ਸਾਰੀਆਂ ਕੁਝ ਅਫਵਾਹਾਂ ਵੀ ਹੁੰਦੀਆਂ ਨੇ ਕੁਝ ਕਈ ਕਈ ਤਰ੍ਹਾਂ ਦੀਆਂ ਕਿਆਸਰਾਈਆਂ ਵੀ ਹੁੰਦੀਆਂ ਨੇ ਉਹ ਚੀਜ਼ਾਂ ਆਪੋ ਆਪਣੇ ਲੈਵਲ ਤੇ ਅਸੀਂ ਲਾਉਂਦੇ ਰਹਿੰਨੇ ਆ ਪਰ ਮੇਰਾ ਖਿਆਲ ਹੈ ਨਾ ਤਾਂ ਢੀਂਸਾ ਸਾਹਿਬ ਨੇ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋਣ ਤੋਂ ਪਹਿਲਾਂ ਉਹਨਾਂ ਨੇ ਕੋਈ ਸ਼ਰਤ ਲਾਈ ਸੀ ਕਿਸੇ ਕਿਸਮ ਦੀ ਵੀ ਔਰ ਉਹਨਾਂ ਨੇ ਇਹੀ ਕਿਹਾ ਸੀ ਕਿ ਪੰਜਾਬ ਔਰ ਪੰਥ ਦੇ ਭਲੇ ਲਈ ਅਸੀਂ ਇਕੱਠੇ ਹੋ ਰਹੇ ਹਾਂ ਸੋ ਕਿਆਸਰਾਈਆਂ ਦੇ ਦਿਆਂ ਗੱਲਾਂ ਦੇ ਨਾਲ ਹੀ ਉਸ ਕਿਸਮ ਦੀ ਪਰਸੈਪਸ਼ਨ ਆ ਜਿਹੜੀ ਉਹ ਪੈਦਾ ਕਰ ਦਿੱਤੀ ਜਾਂਦੀ ਹੈ ਕਈ ਵਾਰੀ ਪਰ ਐਸੀ ਕੋਈ ਗੱਲ ਨਹੀਂ ਹੈ ਢੀਂਸਾ ਸਾਹਿਬ ਦੇ ਸਹਿਯੋਗ ਨਾਲ ਇਹ ਚੋਣਾ ਜਿਹੜੀ ਉਹ ਲੜੀ ਜਾਣੀ ਹੈ ਤੋਂ ਬਾਅਦ ਢੀਂਸਾ ਸਾਹਿਬ ਨਾਲ ਜਾਂ ਪ੍ਰਮੇਂਦਰ ਜੀ ਨਾਲ ਗੱਲਬਾਤ ਹੋਈ ਆ ਹਾਂ ਮੇਰੀ ਗੱਲ ਹੋਈ ਆ ਢੀਂਸਾ ਸਾਹਿਬ ਨਾਲ ਔਰ ਉਹਨਾਂ ਨੇ ਬੜੇ ਸਤਿਕਾਰ ਨਾਲ ਮੈਂ ਉਹਨਾਂ ਨਾਲ ਸਾਰੀ ਗੱਲ ਕੀਤੀ ਆ ਔਰ ਸਾਨੂੰ ਪੂਰਾ ਨਾਸਾ ਕਿ ਉਹ ਉਹਨਾਂ ਦੇ ਸਹਿਯੋਗ ਨਾਲ ਉਹਨਾਂ ਦੇ ਅਸ਼ੀਰਵਾਦ ਨਾਲ ਸਾਰੇ ਅਗੋਰ ਵਰਕਰ ਸੀ ਆ ਜਿਹੜੀ ਆ ਚੋਣਾ ਲੜਾਂ ਦੇ ਪਰ ਜੋ ਸਭ ਕਿਵੇਂ ਦੇਖਦੇ ਆ ਕਿ ਅਕਾਲੀ ਦਲ ਦੇ ਜਿਹੜੇ ਕੁਝ ਸੂਤਰ ਨੇ ਉਹ ਕਹਿ ਰਹੇ ਨੇ ਕਿ ਢੀਂਸਾ ਸਾਹਿਬ ਨਾਰਾਜ਼ ਨੇ ਉਹ ਕਹਿੰਦੇ ਨੇ ਕਿ ਜਦੋਂ ਸਾਡਾ ਸਮਝੌਤਾ ਹੋਇਆ ਸੀ ਤਾਂ ਏਸੇ ਮੰਗ ਨੂੰ ਲੈ ਕੇ ਹੋਇਆ ਸੀ ਕਿ ਸੰਗਰੂਰ ਸੀਰ ਤੋਂ ਪਰਮਿੰਦਰ ਹੀ ਟੋਣਾ ਲੜਨਗੇ ਤੇ ਇਹਦਾ ਜਵਾਬ ਤਾਂ ਉਹ ਜਿਹੜੇ ਬੰਦੇ ਕਹਿੰਦੇ ਨੇ ਉਹ ਦੇ ਸਕਦੇ ਨੇ ਮੈਂ ਤਾਂ ਇਹਦਾ ਕੋਈ ਜਵਾਬ ਨਹੀਂ ਦੇ ਸਕਦਾ ਪਰ ਜੋ ਜਿੰਨੀ ਕੁ ਮੇਰੀ ਇਨਫੋਰਮੇਸ਼ਨ ਹੈ ਮੇਰਾ ਖਿਆਲ ਹੈ ਉਹਨਾਂ ਨੇ ਪੰਜਾਬ ਦੇ ਔਰ ਪੰਥ ਦੇ ਵਡੇਰੇਵਾਂ ਲਈ ਇਹ ਬਿਨਾਂ ਸ਼ਰਤ ਹੀ ਕਿਹਾ ਸੀ ਵੀ ਅਸੀਂ ਨਾਲ ਆ ਸੋ ਇਹ 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 ਉਹਨਾਂ ਦਾ ਵੱਡਾ ਪਣ ਸੀ ਬਾਕੀ ਕੋਈ ਕੀ ਕਹਿੰਦਾ ਤੁਹਾਨੂੰ ਕੋਈ ਕੀ ਕਹਿੰਦਾ ਜਿਹੜੂ ਥੱਲੇ ਵਾਲੇ ਬੰਦੇ ਕੋਈ ਕਹਿੰਦੇ ਨੇ ਉਹਦਾ ਜਵਾਬ ਉਹਨਾਂ ਕੋਲੇ ਹੀ ਵੇਤਰ ਹੋਗਾ ਬੀਬੀ ਜਗੀਰ ਕੌਰ ਵੀ ਨਰਾਜ਼ਗੀ ਜ਼ਾਹਿਰ ਕਰ ਰਹੇ ਨੇ ਉਹ ਕਹਿੰਦੇ ਨੇ ਕਿ ਹਾਂ ਇੱਕ ਵਿਸ਼ਵਾਸ ਸੀ ਪਰਮਿੰਦਰ ਨੂੰ ਉਹ ਹੁਣ ਟੁੱਟ ਗਿਆ ਜਾਂ ਬਾਦਲ ਸਾਹਿਬ ਨੇ ਸਹੀ ਨਹੀਂ ਕੀਤਾ ਉਹਨਾਂ ਦੇ ਵੱਲੋਂ ਇਲਜ਼ਾਮ ਲਗਾਇਆ ਜਾ ਰਹੇ ਨੇ ਨਹੀਂ ਮੈਂ ਤਾਂ ਬੀਬੀ ਦਾ ਕੋਈ ਬਿਆਨ ਸੁਣਿਆ ਨਹੀਂ ਮੈਨੂੰ ਤਾਂ ਇਹਦੇ ਬਾਰੇ ਕੋਈ ਨਹੀਂ ਹੁਣ ਮੈਂ ਤੁਹਾਨੂੰ ਦੱਸ ਰਿਹਾ ਕਿ ਇਹ ਉਹਨਾਂ ਦੇ ਬਗਲ ਗੱਲ ਕਿਹੇ ਜਾ ਰਹੀ ਹੈ ਨਹੀਂ ਮੈਂ ਜਦੋਂ ਸੁਣੂਗਾ ਮੈਂ ਫੇਰ ਕਮੈਂਟ ਕਰ ਸਕਦਾ ਮੈਨੂੰ ਨਹੀਂ ਇਹਦੇ ਬਾਰੇ ਪਤਾ ਪਰ ਉਹ ਟੀਨ ਨੂੰ ਕਿਵੇਂ ਦੇਖਦੇ ਹੋ ਲੱਗਦਾ ਕਿ ਹੁਣ ਇੱਕੋ ਪਲੇਟਫਾਰਮ ਦੇ ਉੱਪਰ ਇਕੱਠੇ ਹੋਗੇ ਜਿਹੜੀ ਹੈਗੀ ਆ ਤਿਆਰੀ ਹੋ ਗਈ ਹੈ ਕਿਤੇ ਨਾ ਕਿਤੇ ਨਾਰਾਜ਼ਗੀ ਦੇ ਕਾਰਨ ਕੋਈ ਨੁਕਸਾਨ ਵੀ ਹੋ ਸਕਦਾ ਕਿਉਂਕਿ ਕਈ ਜਿਹੜੇ ਹੈਗੇ ਨੇ ਵੋਟਰ ਇਲਾਕੇ ਦੇ ਜਾਂ ਸ਼ਰੋਮਣੀ ਕਾਲੀ ਦਲ ਦੇ ਜਿਹੜੇ ਲੋਕ ਨੇ ਉਹ ਕਿਤੇ ਨਾ ਕਿਤੇ ਨਾਰਾਜ਼ਗੀ ਨਾ ਜ਼ਾਹਰ ਕਰਨ ਲੱਗਦਾ ਕਿ ਹਾਂ ਇੱਕੋ ਪਲੇਟਫਾਰਮ ਦੇ ਉੱਪਰ ਲੜਾਈ ਲੜੀ ਜਾਊਗੀ ਨਹੀਂ ਇਕੱਠੇ ਹੋ ਕੇ ਲੜਾਈ ਲੜ ਲਈ ਹੋਈ ਇਕੱਠੇ ਹੋਏ ਸੀ ਨਾ ਆਪਾਂ ਸਾਰੇ ਸੋ ਉਸ ਭਾਵਨਾ ਨਾਲ ਹੀ ਕੰਮ ਕਰਾਂਗੇ ਕੋਈ ਐਸੀ ਗੱਲ ਨਹੀਂ ਇਸ ਤਰੀਕਾ ਨਾਲ ਦੇਖਦੇ ਹਾਂ ਜਿਹੜੇ ਤਿੰਨੂ ਨੇ ਤੁਹਾਡੇ ਇੱਕ ਪੁਰਾਣੇ ਵਰਕਰ ਸੀ ਲੰਬੇ ਸਮੇਂ ਤੋਂ ਤਕਰੀਬਨ 15-16 ਸਾਲ ਤੋਂ ਸ਼ੁਰੂਮਣੇ ਕਾਲੇ ਦਲ ਦੇ ਨਾਲ ਜੁੜੇ ਹੋਏ ਸੀ ਜਿਹੜਾ ਹੁਣ ਇਹ ਹਲਚਲ ਹੋ ਰਹੀ ਆ ਚਾਹੇ ਉਹ ਕਿਸੇ ਵੀ ਪਾਰਟੀ ਦੀ ਹੋਵੇ ਇੱਕ ਪਾਰਟੀ ਤੋਂ ਦੂਜੀ ਪਾਰਟੀ ਦੇ ਵਿੱਚ ਜਾਣ ਦੀ ਉਹ ਕਾਰਨ ਕਿਵੇਂ ਦੇਖਦੇ ਹਾਂ ਲਗਾਤਾਰ ਇਹਦਾ ਨੁਕਸਾਨ ਕਿਉਂਕਿ ਲੋਕ ਸਭਾ ਚੋਣਾਂ ਤੋਂ ਪਹਿਲਾਂ ਹੀ ਜਿਹੜੇ ਹੈਗੇ ਨੇ ਵੱਡੇ ਵੱਡੇ ਐਕਸ਼ਨ ਹੋ ਰਹੇ ਨੇ ਦੇਖੋ ਪਾਰਟੀ 'ਚ ਹਰ ਸੀਟ ਤੋਂ ਕਈ ਕਈ ਉਮੀਦਵਾਰ ਦਾਅਵਾਦਾਰ ਹੁੰਦੇ ਨੇ ਟਿਕਟ ਦੇ ਜਲੰਧਰ ਤੋਂ ਵੀ ਸਾਡੇ ਕਈ ਦਾਅਵਾਦਾਰ ਸੀ ਹੋ ਸਕਦਾ ਤਨੂਜੀ ਨੂੰ ਪਾਰਟੀ ਨੇ ਟਿਕਟ ਦੇਣ ਤੋਂ ਜਵਾਬ ਜਵਾਬ ਦਿੱਤਾ ਉਹ ਵੀ ਦਾਅਵੇਦਾਰ ਸੀ ਜਦੋਂ ਵਾਈਲ ਇਕਸ਼ਨ ਹੋਈ ਐ ਉਦੋਂ ਵੀ ਪਾਰਟੀ ਉਹ ਵੀ ਦਾਅਵੇਦਾਰ ਸੀ ਪਰ ਪਾਰਟੀ ਨੇ ਡਾਕਟਰ ਸੁਖੀ ਜੀ ਨੂੰ ਚੂਜ਼ ਕੀਤਾ ਸੋ ਕਿਤੇ ਨਾ ਕਿਤੇ ਹੁੰਦਾ ਬੰਦੇ ਨੂੰ ਵੀ ਮੈਂ ਲੜਨਾ ਚਾਹੁੰਦਾ ਸੀ ਉਹਨਾਂ ਨੂੰ ਪਾਰਟੀ ਨੇ ਨਾ ਚੂਜ਼ ਕੀਤਾ ਹੋਵੇ ਉਹ ਪਾਰਟੀ ਨੇ ਦੇਖਣਾ ਹੁੰਦਾ ਵੀ ਕਿਹੜਾ ਪੱਖ ਕਿਹਦਾ ਠੀਕ ਆ ਉਹਨਾਂ ਨੂੰ ਆਮ ਆਦਮੀ ਪਾਰਟੀ ਕੋਲ ਤਾਂ ਉਮੀਦਵਾਰ ਹੈ ਹੀ ਨਹੀਂ ਨਾ ਭਾਜਪੀ ਕੋਲ ਉਮੀਦਵਾਰ ਨੇ ਸਾਰੇ ਦੂਜੀਆਂ ਪਾਰਟੀਆਂ ਚੋਂ ਲਿਆਂਦੇ ਜਾ ਰਹੇ ਨੇ ਹੁਣ ਜਿਹੜਾ ਪਹਿਲਾ ਆਮ ਆਦਮੀ ਪਾਰਟੀ ਲੈ ਕੇ ਗਈ ਸੀ ਰਿੰਕੂ ਜੀ ਪਹਿਲਾ ਉਹ ਕਾਂਗਰਸ ਤੋਂ ਇਧਰ ਆਏ ਇਧਰੋਂ ਹੁਣ ਭਾਜਪਾ ਚਲੇ ਗਏ ਇਧਰੋਂ ਅਕਾਲੀ ਦਲ ਵਾਲਾ ਇਹਨਾਂ ਨੇ ਲੱਭ ਲਿਆ ਸੋ ਇਸ ਤਰ੍ਹਾਂ ਹੀ ਲੁਧਿਆਣਾ ਹੀ ਹੋ ਰਿਹਾ ਹੋਰ ਹਲਕਿਆਂ 'ਚ ਹੋ ਰਿਹਾ ਕਿੱਥੇ ਕਿੱਥੇ ਕੀ ਹੋ ਰਿਹਾ ਇਦਾਂ ਜਿਹਨੂੰ ਨਹੀਂ ਟਿਕਟ ਮਿਲਦੀ ਉਹ ਦੂਜਾ ਕੋਈ ਸਾਰਾ ਲੱਭਣ ਦੀ ਕੋਸ਼ਿਸ਼ ਕਰਦਾ ਸੋ ਅਕਾਲੀ ਦਲ ਕੋਲੇ ਜਲੰਧਰ ਤੇ ਬੜੇ ਮਜ਼ਬੂਤ ਕੈਂਡੀਡੇਟ ਨੇ ਸੋ ਮੇਰਾ ਜੋ ਮੈਂ ਮੈਨੂੰ ਇਹਦੇ ਬਾਰੇ ਪੂਰੀ ਗਿਆਨਤਾ ਨਹੀਂ ਹੈ ਪਰ ਮੈਂ ਸੋਚਦਾ ਕਿ ਉਹਨਾਂ ਨੂੰ ਟਿਕਟ ਪਾਰਟੀ ਨੇ ਨਾ ਦੇਣ ਦਾ ਫੈਸਲਾ ਕਰ ਲਿਆ ਸੀ ਇਸ ਕਰਕੇ ਉਹਨਾਂ ਨੇ ਇਹ ਅਬ ਦਾ ਫੈਸਲਾ ਲਿਆ ਲੋਕ ਸਭਾ ਚੋਣਾਂ ਤੋਂ ਪਹਿਲਾਂ ਭਾਜਪਾ ਤੇ ਸ਼ਰਮਣੀ ਅਕਾਲੀ ਦਲ ਦਾ ਗੱਠ ਜੋੜ ਹੋਣ ਦੀ ਪੂਰੀ ਜਿਹੜੀ ਗੱਲਬਾਤ ਚੱਲ ਰਹੀ ਸੀ ਅਸੀਂ ਪਰਮਿੰਦਰ ਜੀ ਨਾਲ ਵੀ ਗੱਲ ਕੀਤੀ ਸੀ ਉਹ ਕਹਿੰਦੇ ਵੀ ਕੁਝ ਕਾਰਨ ਨੇ ਕੁਝ ਮਤਭੇਦ ਨੇ ਜਿਨ੍ਹਾਂ ਦੇ ਕਾਰਨ ਨਹੀਂ ਅਸੀਂ ਇਕੱਠੇ ਹੋ ਪਾਏ ਅਲੱਗ-ਅਲੱਗ ਸਾਨੂੰ ਜਿਹੜੀਆਂ ਚੋਣਾਂ ਲੜਨੀਆਂ ਪੈ ਰਹੀਆਂ ਨੇ ਉਹ ਕਿਹੜੇ ਕਾਰਨ ਨੇ ਜਿਹੜੇ ਹੁਣ ਸ਼ਰਮਣੀ ਅਕਾਲੀ ਦਲ ਜਿਹੜਾ ਹੈਗਾ ਪੰਜਾਬ ਦੇ ਵਿੱਚ ਜਿਹੜੇ ਮੁੱਦੇ ਜਿਵੇਂ ਮਨਕਤੋਂ ਕਿਸਾਨੀ ਦਾ ਹੋ ਗਿਆ ਜਾਂ ਉਹਦੇ ਵਿੱਚ ਕੀ ਤੁਹਾਡੇ ਵੱਲੋਂ ਹੁਣ ਜਿਹੜੇ ਹੈਗੇ ਨੇ ਲੋਕਾਂ ਨੂੰ ਵਿਸ਼ਵਾਸ ਦਿਵਾਏ ਜਾਣਗੇ ਦੇਖੋ ਸ਼ਰੋਮਣੀ ਅਕਾਲੀ ਦਲ ਨੇ ਜਿਹੜਾ ਬੀਜੇਪੀ ਨੂੰ ਨਾਲ ਨਾ ਸਮਝੌਤਾ ਕਰਨ ਦਾ ਫੈਸਲਾ ਲਿਆ ਉਹ ਮੁੱਦਿਆਂ ਤੇ ਆਧਾਰਿਤ ਸੀ ਉਹ ਮੁੱਦਿਆਂ 'ਚ ਸਾਡੇ ਕਿਸਾਨਾਂ ਅੱਜ ਵੀ ਧਰਨੇ 'ਤੇ ਬੈਠੇ ਨੇ ਕੇਂਦਰ ਸਰਕਾਰ ਨੇ ਐਮਐਸਪੀ ਦਾ ਵਾਅਦਾ ਕਰਕੇ ਕਰਜ਼ਾ ਮਾਫੀ ਦੀਆਂ ਗੱਲਾਂ ਕਰਕੇ ਉਹ ਨਹੀਂ ਕੰਮ ਕੀਤੇ ਉਹ ਉਹ ਮੁੱਦਾ ਵੀ ਸੀ ਉਸ ਤੋਂ ਬਾਅਦ ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ ਸੀ ਸਿੱਖ ਧਰਮ ਵਿੱਚ ਗੁਰਤਾਮਾ ਵਿੱਚ ਦਖਲ ਦੀ ਗੱਲ ਸੀ ਨੌਜਵਾਨਾਂ ਤੇ ਛੁੱਟੇ ਐਨਐਸਏ ਲਾਏ ਜਾ ਰਹੇ ਨੇ ਬੀਜੇਪੀ ਔਰ ਆਮ ਆਦਮੀ ਪਾਰਟੀ ਦੀ ਸਰਕਾਰ ਦੋਨਾਂ ਵੱਲੋਂ ਲੜ ਕੇ ਉਹ ਸਾਰੇ ਮੁੱਦੇ ਸੀ ਉਹ ਏਜੰਡਾ ਰੱਖਿਆ ਸੀ ਸੀ ਵੀ ਸਾਡਾ ਏਜੰਡਾ ਜੇ ਪ੍ਰਵਾਨ ਕਰੋਗੇ ਫਿਰ ਅਸੀਂ ਕੋਈ ਗੱਲ ਜ਼ਿਕਰ ਕਰ ਸਕਦੇ ਹਾਂ ਚੀਜ਼ਾਂ ਪਹਿਲਾਂ ਹੱਲ ਕਰੋ ਉਸ ਤੋਂ ਬਾਅਦ ਆਪਾਂ ਗੱਲ ਕਰਾਂਗੇ ਸੀਟਾਂ ਕੋਈ ਮੁੱਦਾ ਨਹੀਂ ਹੈ ਇੱਕ ਇੱਕ ਇਸ ਤਰ੍ਹਾਂ ਦਾ ਮਾਹੌਲ ਸਿਰਜਿਆ ਜਾ ਰਿਹਾ ਜਿਵੇਂ ਪਤਾ ਨਹੀਂ ਸੀਟਾਂ ਦਾ ਰੌਲਾ ਸੀਟਾਂ ਦਾ ਕੋਈ ਮਸਲਾ ਨਹੀਂ ਸੀ ਸੀਟਾਂ ਚਾਹੇ ਉਹ ਸਾਰੀਆਂ ਲੜ ਲੈਣ ਪਰ ਸਾਡੇ ਪੰਜਾਬ ਦੇ ਮਸਲੇ ਹੱਲ ਕਰਨ ਜਿਹੜੇ ਪੰਜਾਬ ਦੇ ਔਰ ਪੰਥ ਦੀ ਲਟਕਦੇ ਮਸਲੇ ਨੇ ਜਿਹੜੇ ਦੋ ਮੁੱਖ ਤੁਹਾਡੇ ਮਸਲੇ ਹੈਗੇ ਨੇ ਇੱਕ ਖੇਤੀ ਦਾ ਹੋ ਗਿਆ ਜਿਹੜਾ ਲੰਬੇ ਸਮੇਂ ਤੋਂ ਕਿਸਾਨ ਕੇਂਦਰ ਸਰਕਾਰ ਦੇ ਖਿਲਾਫ ਚੱਲ ਰਹੇ ਨੇ ਦੂਜਾ ਬੰਦੇ ਸਿੰਘਾਂ ਦਾ ਅਗਰ ਇਹ ਮਸਲੇ ਹੱਲ ਹੋ ਜਾਂਦੇ ਤਾਂ ਭਾਜਪਾ ਤੇ ਸ਼ਰਮ ਨਹੀਂ ਇਕੱਲੇ ਦਲ ਇਕੱਠੇ ਚੋਣ ਲੜਦੇ ਫਿਰ ਪਾਰਟੀ ਉਹਦੇ ਤੇ ਵਿਚ ਸੋਚ ਵਿਚਾਰ ਕਰ ਸਕਦੀ ਸਫੈਸਲਾ ਪਾਰਟੀ ਨੇ ਕਰਨਾ ਹੁੰਦਾ ਫਿਰ ਪਾਰਟੀ ਉਹ ਤੇ ਵਿਚਾਰ ਕਰ ਸਕਦੀ ਜਿਹੜੀਆਂ ਸ਼ਰਤਾਂ ਅਸੀਂ ਰੱਖੀਆਂ ਸੀ ਉਹਦੇ ਨਾਲ ਐਨਐਸਐ ਦੀ ਵੀ ਸੀ ਉਹਦੇ ਨਾਲ ਸ਼੍ਰੋਮਣੀ ਗੁਰਦੁਆਰਾ ਹਰਿਆਣੇ ਦੀ ਕਮੇਟੀ ਤੋੜੀ ਗੁਰਦੁਆਰਿਆਂ ਚ ਦਖਲ ਦੇ ਮਾਮਲੇ ਸੀ ਉਹ ਸਾਰੀਆਂ ਚੀਜ਼ਾਂ ਦਾ ਜੇ ਹੱਲ ਹੁੰਦਾ ਫਿਰ ਪਾਰਟੀ ਪ੍ਰਧਾਨ ਔਰ ਕੋਰ ਕਮੇਟੀ ਡਿਸਾਈਡ ਕਰ ਸਕਦੀ ਸੀ ਝੋਣਦਾ ਸਾਹਿਬ ਕਾਂਗਰਸ ਪਾਰਟੀ ਦੇ ਵੱਲੋਂ ਸੁਖਪਾਲ ਸਿੰਘ ਖਹਿਰਾ ਨੂੰ ਜਿਹੜਾ ਹੈਗਾ ਸੰਗਰੂਰ ਤੋਂ ਝੋਣ ਵਿਧਾਨ ਚ ਉਤਾਰਿਆ ਗਿਆ ਕਿਵੇਂ ਦੇਖਦੇ ਹੋ ਉਹ ਲੀਡਰ ਨੇ ਜਿਹੜੇ ਨਿਤੜਕ ਹਮੇਸ਼ਾ ਬੋਲਦੇ ਰਹਿੰਦੇ ਨੇ ਦੇਖੋ ਮੈਂ ਤੁਹਾਨੂੰ ਇੱਕ ਗੱਲ ਬੇਨਤੀ ਕਰਨੀ ਚਾਹੁੰਨਾ ਤੁਹਾਡੇ ਚੈਨਲ ਲਈ ਪੰਜਾਬ ਦੇ ਔਰ ਸੰਗਰੂਰ ਪਾਰਲੀਮੈਂਟ ਹਲਕੇ ਦੇ ਲੋਕਾਂ ਨੂੰ ਵੀ ਇੱਕ ਬੇਨਤੀ ਕਰਨੀ ਚਾਹੁੰਨਾ ਨੇ ਟੜਕੋ ਕੇ ਬੋਲਣਾ ਬੇਵਾਖ ਹੋ ਕੇ ਫਿਰ ਕਾਂਗਰਸ ਦੇ ਪਲੇਟਫਾਰਮ ਤੇ ਖੜ ਕੇ ਬੋਲਣਾ ਇਹ ਦੋ ਗੱਲਾਂ ਦਾ ਮੇਲ ਨਹੀਂ ਹੈ ਉਹੀ ਪਾਰਟੀ ਜਿਹਨੇ ਪੰਜਾਬ ਨੂੰ ਸਾਰੇ ਦਖਾਨ ਦਿੱਤੇ ਨੇ ਪੰਜਾਬ ਦਾ ਸਾਰਾ ਦਰਦ ਪੰਜਾਬ ਦਾ ਸਾਰੀ ਅਮਨ ਸ਼ਾਂਤੀ ਜਿਹੜੀ ਭੰਗ ਹੋਈ ਸਾਰਾ ਵਰਤਾਮਾਤੇ ਅਟੈਕ ਹੋਏ ਦਰਬਾਰ ਸਾਹਿਬ ਤੇ ਅਟੈਕ ਹੋਏ ਅਕਾਲ ਤਖਤ ਸਭ ਟਾਏ ਗਏ ਸਿੱਖ ਸਾੜੇ ਗਏ ਦਿੱਲੀ ਚ ਬੇਅਦਬੀਆਂ ਹੋਈਆਂ ਬੇਪਤੀਆਂ ਹੋਈਆਂ ਉਹ ਸਾਰੇ ਕਾਸੇ ਦਾ ਕਸੂਰਵਾਰ ਕਾਂਗਰਸ ਪਾਰਟੀ ਹੈ ਔਰ ਉਸ ਪਾਰਟੀ ਦੇ ਉਹ ਉਮੀਦਵਾਰ ਨੇ ਉਹ ਉਹੀ ਉਹ ਅੱਜ ਉਹ ਗੱਲਾਂ ਉਹ ਕਰਨ ਜਿਹੜੀਆਂ ਬੜੀਆਂ ਦਿਆਨਤਦਾਰੀ ਦੀਆਂ ਹੋਣ ਤੇ ਖੜਨ ਉਸ ਪਾਰਟੀ 'ਚ ਜਿਨੇ ਉਹ ਸਾਰੇ ਸਾਕੇ ਕੀਤੇ ਹੋਣ ਫਿਰ ਇਸ ਤਰ੍ਹਾਂ ਇੰਨੇ ਲੋਕ ਭੋਲੇ ਨਹੀਂ ਹਨ ਸੰਗਰੂਰ ਦੇ ਕਿ ਲੋਕ ਉਹਨਾਂ ਨੂੰ ਵੋਟਾਂ ਪਾ ਦੇਣਗੇ ਕਿਹੜੇ ਵੱਡੇ ਮੁੱਦਿਆਂ ਨੂੰ ਲੈ ਕੇ ਮੈਦਾਨ ਦੇ ਵਿੱਚ ਆਇਆ ਹੋ ਜਿਹੜੇ ਮੁੱਦੇ ਤੁਹਾਨੂੰ ਲੱਗਦਾ ਕਿ ਇਹ ਪੰਜਾਬ ਦੇ ਮੁੱਦੇ ਜਿਹੜੇ ਹੈਗੇ ਨੇ ਸੰਸਦ ਦੇ ਵਿੱਚ ਚੱਕਣੇ ਚਾਹੀਦੇ ਨੇ ਕਿਹੜੇ ਤੁਹਾਡੇ ਮੇਨ ਟਾਰਗੇਟ ਦੇ ਉੱਪਰ ਕੀ ਆ ਦੇਖੋ ਪੰਜ ਕੋ ਪੰਜਾਬ ਦੇ ਮੁੱਦੇ ਵੀ ਨੇ ਜਿਨ੍ਹਾਂ ਦਾ ਮੈਂ ਤੁਹਾਡੇ ਕੋਲ ਜ਼ਿਕਰ ਕੀਤਾ ਪੰਜਾਬ ਦੇ ਫੈਡਰਲ ਢਾਂਚੇ ਦੀ ਗੱਲ ਹੈ ਪੰਜਾਬ ਦੇ ਪਾਣੀਆਂ ਦੀ ਗੱਲ ਹੈ ਰਾਜਧਾਨੀ ਦੀ ਗੱਲ ਆ ਜਿਹੜੇ ਮੁੱਦਿਆਂ ਤੇ ਅਸੀਂ ਬੀਜੇਪੀ ਨਾਲੋਂ ਅਲੱਗ ਹੋਏ ਆ ਅਸੀਂ ਸ਼ਰਤਾਂ ਰੱਖੀਆਂ ਕਿਸਾਨੀ ਦੀਆਂ ਉਹ ਮੁੱਦੇ ਵੀ ਨੇ ਸਾਡੇ ਧਾਰਮਿਕ ਮਸਲੇ ਵੀ ਨੇ ਔਰ ਇਸ ਦੇ ਨਾਲ ਨਾਲ ਪੰਜਾਬ ਨੂੰ ਜਿਸ ਤਰ੍ਹਾਂ ਆਰਥਿਕ ਤੌਰ ਤੇ ਬਰਬਾਦ ਕੀਤਾ ਜਾ ਰਿਹਾ ਹੈ ਇਹ ਸਰਕਾਰ ਵੱਲੋਂ ਸਾਡੇ ਬਾਰਡਰ ਖੋਲਣ ਦੇ ਮਸਲੇ ਵੀ ਨੇ ਜੇ ਪਾਕਿਸਤਾਨ ਜਾਂ ਆ ਜਿਹੜਾ সেন্ট্রਲ ਏਸ਼ੀਆ ਯੂਰਪ ਨੂੰ ਇਥੋਂ ਸਾਰਾ ਜਿਹੜਾ ਹੈ ਵਪਾਰ ਖੁੱਲ ਸਕਦਾ ਤਾਂ ਪੰਜਾਬ ਦੀ ਆਰਥਿਕ ਤਰੱਕੀ ਹੋ ਸਕਦੀ ਆ ਉਹ ਸਾਰੀਆਂ ਗੱਲਾਂ ਜੋ ਪੰਜਾਬ ਦੇ ਹਿੱਤ ਦੀਆਂ ਨੇ ਪੰਜਾਬ ਦੇ ਲੋਕਾਂ ਦੇ ਹਿੱਤ ਦੀਆਂ ਨੇ ਉਹ ਸਾਰੀਆਂ ਗੱਲਾਂ ਜਿਹੜਾ ਹੈ ਜੀਵ ਗੁਰੂ ਮਹਾਰਾਜ ਕਿਰਪਾ ਕਰਦੇ ਨੇ ਸਾਡੇ ਤੇ ਤੁਸੀਂ ਮੰਨੋਗੇ ਕਿ ਨਿਰਸਵਾਰਥ ਹੋ ਕੇ ਬਿਨਾਂ ਕਿਸੇ ਡਰ ਪਾਇ ਤੋਂ ਬਿਨਾਂ ਕਿਸੇ ਖੌਫ ਤੋਂ ਪਾਰਟੀ ਦੀਆਂ ਨੀਤੀਆਂ ਅਨਸਾਰ ਪਾਰਲੀਮੈਂਟ ਵਿੱਚ ਬਿਲੰਦਵਾਸ ਚ ਉਠਾਵਾਂਗੇ ਮੁਕਾਬਲਾ ਕਿਵੇਂ ਦੇਖਦੇ ਹਾਂ ਸੰਗਰੂਰ ਉਹ ਸੀਟ ਆ ਪੰਜਾਬ ਦੀ ਜਿੱਥੋਂ ਇੱਕੋ ਮੁੱਖ ਮੰਤਰੀ ਜਿਹੜੇ ਹੁਣ ਮੌਜੂਦ ਹਨ ਦੋ ਵਾਰ ਜਿੱਤੇ ਸੀ ਉਹਨਾਂ ਦੇ ਵੱਲੋਂ ਮੀਤ ਇਹ ਨੂੰ ਮੈਦਾਨ ਦੇ ਵਿੱਚ ਲਿਆਂਦਾ ਗਿਆ ਸੁਖਪਾਲ ਸਿੰਘ ਖਹਿਰਾ ਹੋ ਗਏ ਸਿਮਰਨਜੀਤ ਸਿੰਘ ਮਾਨ ਜਿਹੜੇ ਇਹੀ ਸਾਰੇ ਪੰਥਕ ਮੁੱਦਿਆਂ ਦੇ ਉੱਪਰ ਹੁਣ ਤੱਕ ਜਿਹੜੇ ਹੈਗੇ ਆ ਚੋਣ ਲੜਦੇ ਆ ਰਹੇ ਨੇ ਮੁਕਾਬਲੇ ਨੂੰ ਕਿਵੇਂ ਦੇਖਦੇ ਹੋ ਦੇਖੋ ਮੁਕਾਬਲਾ ਤਾਂ ਹਮੇਸ਼ਾ ਦਿਲਚਸਪ ਹੀ ਹੁੰਦੇ ਨੇ ਪਰ ਜਦੋਂ ਅੱਜ ਜੇ ਪੰਜਾਬ ਦੀਆਂ ਪਾਰਟੀਆਂ ਦੀ ਗੱਲ ਕਰੀਏ ਬੰਦਾ ਵਿਅਕਤੀ ਹੈ ਜਿਹੜਾ ਉਹਦੀ ਸੋਚ ਉਹਦੀ ਗੱਲ ਉਹ ਨਹੀਂ ਮੈਨਾ ਨਹੀਂ ਰਖਾਉਂਦੀ ਜਿੰਨੀ ਉਸ ਪਾਰਟੀ ਦੀ ਸੋਚ ਮੈਨਾ ਰਖਾਉਂਦੀ ਹੈ ਕਾਂਗਰਸ ਪਾਰਟੀ 'ਚ ਰਹਿ ਕੇ ਭਾਜਪਾ 'ਚ ਰਹਿ ਕੇ ਆਮ ਆਦਮੀ ਪਾਰਟੀ 'ਚ ਰਹਿ ਕੇ ਕੋਈ ਵਿਅਕਤੀ ਪੰਜਾਬ ਦੀ ਔਰ ਪੰਥ ਦੀ ਗੱਲ ਨਹੀਂ ਕਰ ਸਕਦਾ ਸੋ ਇਸ ਕਰਕੇ ਇਹ ਪਾਰਟੀਆਂ ਇੱਥੇ ਲੋਕਾਂ ਤੋਂ ਵੋਟਾਂ ਲੈਣ ਲਈ ਜੋ ਮਰਜ਼ੀ ਬੋਲਣੇ ਝੂਠ ਬੋਲਣ ਲੋਕਾਂ ਦੀਆਂ ਭਾਵਨਾਵਾਂ ਮੜਕਾਉਣਾ ਲੋਕਾਂ ਦੇ ਜਜ਼ਬਾਤਾਂ ਨਾ ਖੇਡਣ ਪਰ ਇਹ ਲੋਕ ਪਾਰਲੀਮੈਂਟ ਚ ਜਾ ਕੇ ਕਾਂਗਰਸ, ਭਾਜਪਾ ਔਰ ਆਮ ਆਦਮੀ ਪਾਰਟੀ ਦਾ ਕੋਈ ਵੀ ਆਗੂ ਪੰਜਾਬ ਔਰ ਪੰਥ ਦੀ ਗੱਲ ਨਹੀਂ ਕਰ ਸਕਦਾ ਕਾਂਗਰਸ ਨੇ ਜਿਹੜੇ ਝਕਮ ਦਿੱਤੇ ਨੇ ਉਹ ਵੀ ਲੋਕਾਂ ਦੇ ਸਾਹਮਣੇ ਨੇ ਮੌਜੂਦਾ ਸਮੇਂ ਚ ਭਾਜਪਾ ਔਰ ਅੱਛੜੂਵਾਲਾ ਨੇ ਰਲ ਕੇ ਜਿਸ ਤਰ੍ਹਾਂ ਪੰਜਾਬ ਦੀਆਂ ਧਾਰਮਿਕ ਭਾਵਨਾਵਾਂ ਨਾਲ ਖਿਲਵਾੜ ਕੀਤਾ ਉਹ ਵੀ ਲੋਕਾਂ ਦੇ ਸਾਹਮਣੇ ਆ ਕੀ ਏਜੰਡਾ ਇਹਨਾਂ ਦਾ ਔਰ ਕਿਵੇਂ ਇਹ ਕੰਮ ਕਰ ਰਹੇ ਨੇ ਉਹ ਸਾਰਾ ਪੰਜਾਬ ਜਾਣਦਾ ਜੇ ਕਿਸੇ ਪਲੇਟਫਾਰਮ ਤੇ ਪੰਜਾਬ ਔਰ ਪੰਥ ਦੀ ਗੱਲ ਕੀਤੀ ਜਾ ਸਕਦੀ ਆ ਤਾਂ ਸਿਰਫ ਤੇ ਸਿਰਫ ਸ਼ਰੋਣੀ ਅਕਾਲੀ ਦਲ ਅਸੀਂ ਪਾਰਲੀਮੈਂਟ ਵਿੱਚ ਵੀ ਬੋਲਾਂਗੇ ਅਸੀਂ ਲੋਕਾਂ 'ਚ ਵੀ ਬੋਲਾਂਗੇ ਅਸੀਂ ਸੱਥਾਂ 'ਚ ਵੀ ਬੋਲਾਂਗੇ ਅਸੀਂ ਤੁਹਾਡੇ ਸਾਹਮਣੇ ਵੀ ਬੋਲਾਂਗੇ ਹਰ ਜਗ੍ਹਾ ਤੇ ਇੱਕ ਨੀਤੀ ਤੇ ਪੰਜਾਬ ਦੀ بلند ਆਵਾਜ਼ ਔਰ ਪੰਥ ਦੀ بلند ਆਵਾਜ਼ ਅਸੀਂ ਰੱਖ ਸਕਦੇ ਹਾਂ ਇਹ ਲੋਕ ਨਹੀਂ ਕਰ ਸਕਦੇ ਇਹ ਸਿਰਫ ਵੋਟਾਂ ਲੈਣ ਲਈ ਡਰਾਮਾ ਰਚਦੇ ਨੇ ਔਰ ਲੋਕ ਹੁਣ ਇਹ ਗੱਲ ਸਮਝ ਗਏ ਕਿ ਡਰਾਮੇ ਨਹੀਂ ਆਉਣਾ ਜੋ ਹਕੀਕਤ ਵਿੱਚ ਪੰਜਾਬ ਲਈ ਕੰਮ ਕਰਦਾ ਅਸੀਂ ਵੋਟਾਂ ਉਹਨਾਂ ਨੂੰ ਪਾਉਣੀ ਆ ਬਿਲਕੁਲ ਇਜ਼ਾਨੇ ਇਕਬਾਲ ਸਿੰਘ ਝੁੰਦਾ ਸੰਗਰੂਰ ਤੋਂ ਲੋਕ ਸਭਾ ਮੈਦਾਨ ਦੇ ਵਿੱਚ ਇਹਨਾਂ ਨੂੰ ਸ਼ਰਾਮਣੀ ਅਕਾਲੀ ਦਲ ਦੇ ਵੱਲੋਂ ਉਤਾਰਿਆ ਗਿਆ ਤੇ ਸਾਫ਼ ਤੌਰ ਦੇ ਉੱਪਰ ਇੱਕ ਚੈਲੰਜ ਵੀ ਇਹ ਕਰ ਰਹੇ ਨੇ ਕਿ ਅਗਰ ਮੈਂ ਸੰਗਰੂਰ ਤੋਂ ਜਿਹੜਾ ਚੋਣਾ ਹੈਗਾ ਜਿੱਤ ਜਾਨਾ ਇਕੱਠੇ ਹੋਗੇ ਸਾਡੇ ਵੱਲੋਂ ਇੱਕ ਪਲੈਟਫਾਰਮ ਦੇ ਉੱਪਰ ਲੜਾਈ ਲੜੀ ਜਾਊਗੀ ਪਰਮਿੰਦਰ ਸਿੰਘ ਢੀਂਸਾ ਜਾਂ ਢੀਂਸਾ ਪਰਿਵਾਰ ਦੇ ਨਾਲ ਕਿਸੇ ਕਿਸਮ ਦਾ ਕੋਈ ਫਰਕ ਨਹੀਂ ਹੈਗਾ ਉਹਨਾਂ ਦੇ ਨਾਲ ਲਗਾਤਾਰ ਗੱਲਬਾਤ ਦੇ ਵਿੱਚ ਨੇ ਤਾਂ ਸਾਫ਼ ਤੌਰ ਤੇ ਜਿਹੜਾ ਇਹ ਚੋਣ ਮੁਕਾਬਲਾ ਸੰਗਰੂਰ ਹੌਰ ਸੀਟ ਦਾ ਹੋਣ ਵਾਲਾ ਉਹਦੇ ਵਿੱਚ ਜਿੱਤਣ ਦਾ ਜਿਹੜਾ ਸਭ ਤੋਂ ਵੱਡਾ ਐਲਾਨ ਹੈ ਇਹਨਾਂ ਵੱਲੋਂ ਕੀਤਾ ਜਾ ਰਿਹਾ ਚਰਨਜੀਤ ਕੌਸ਼ਲ ਸੰਗਰੂਰ ਤੋਂ న్యూਸ 18 ਪੰਜਾਬ